ਮੋਬਾਈਲ ਦਾ ਸ਼ੌਂਕ ਹੈਗਾ। ਮੋਬਾਈਲ ਦਾ ਸ਼ੌਂਕ? ਹਾਂਜੀ। ਜਦੋਂ ਜਾਂਦੇ ਨਾ ਹੋਸਪਿਟਲ ਰਕਸ਼ੇ 'ਚ, ਰਕਸ਼ੇ ਦੇ ਵਿੱਚ ਅੱਜ ਹੱਡੀ ਟੁੱਟ ਜਾਂਦੀ ਜਦੋਂ ਡ੍ਰਿਪ ਲਵਾਉਣ ਜਾਂਦੇ। ਬੱਚੇ ਦਾ ਨਾਮ ਜਿਹੜਾ ਉਹ ਅਹਿਮਦ ਹੈ ਔਰ ਬੱਚੀ ਦਾ ਜਿਹੜਾ ਨਾਮ ਹੈ ਉਹ ਤੈਬਾ। ਬੱਚੀ ਦੀ ਜਿਹੜੀ ਏਜ ਹੈ ਉਹ 14 ਸਾਲ ਹੋ ਚੁੱਕੀ ਹੈ ਔਰ ਜਿਹੜਾ ਅਹਿਮਦ ਹੈ, ਅਹਿਮਦ ਦੀ ਜਿਹੜੀ ਏਜ ਹੈ ਉਹ 18 ਸਾਲ ਹੋ ਚੁੱਕੀ ਹੈ। ਲੇਕਿਨ ਅਹਿਮਦ ਦਾ ਗਾਲਬਨ ਕੱਦ ਜਿਹੜਾ ਹਾਲੇ ਤੱਕ 1.5 ਫੁੱਟ ਤੋਂ, ਮੇਰਾ ਅੰਦਾਜ਼ਾ ਹੈ, ਫੁੱਟ 1.5 ਫੁੱਟ ਤੋਂ ਜ਼ਿਆਦਾ ਨਹੀਂ ਮਤਲਬ ਹੋ ਸਕਿਆ। ਔਰ ਇਸ ਤਰ੍ਹਾਂ ਹੀ ਜਿਹੜੀ ਬੱਚੀ ਹੈ ਉਹਦਾ ਤਕਰੀਬਨ ਕੱਦ ਜਿਹੜਾ 2.25 ਫੁੱਟ ਹੋਏ। ਬਿਸਮਿਲ੍ਲਾ ਰਹਿਮਾਨ ਰਹੀਮ। ਨਾਜ਼ਰੀਨ, ਤੁਹਾਡੀ ਖਿਦਮਤ 'ਚ ਹਾਜ਼ਰ ਹੈ ਤੁਹਾਡਾ ਹੋਸਟ ਬਾਬਰ ਬੇਗ ਔਰ ਤੁਸੀਂ ਵੇਖ ਰਹੇ ਹੋ ਆਪਣਾ ABHDTV। ਨਾਜ਼ਰੀਨ, ਅੱਜ ਮੇਰੇ ਨਾਲ ਮੇਰੇ ਸ਼ੋਅ ਦੇ, ਮੇਰੇ ਪ੍ਰੋਗਰਾਮ ਦੇ ਗੈਸਟ ਦੋ ਐਸੇ ਬੱਚੇ ਜਿਹੜੇ ਕਿ ਡਿਸੇਬਲ ਨੇ। ਦੁਨੀਆ 'ਚ, ਕਾਇਨਾਤ 'ਚ ਇਨਸਾਨ ਨੂੰ ਜਿਹੜੀ ਸਭ ਤੋਂ ਪਿਆਰੀ ਚੀਜ਼ ਹੈ ਉਹ ਔਲਾਦ ਹੈ। ਔਲਾਦ ਚਾਹੇ ਤਾਂ ਇਨਸਾਨਾਂ ਦੀ ਹੋਏ, ਚਾਹੇ ਕਿਸੇ ਪਰਿੰਦੇ ਦੀ, ਚਾਹੇ ਕਿਸੇ ਜਾਨਵਰ ਦੀ, ਔਲਾਦ ਨਾਲ ਮਾਂ ਬਾਪ ਬਹੁਤ ਮੁਹੱਬਤ ਔਰ ਬਹੁਤ ਸ਼ਫਕਤ ਕਰਦੇ ਨੇ। ਐਸੇ ਹੀ ਦੋ ਬੱਚੇ ਨੇ, ਬੱਚੇ ਦਾ ਨਾਮ ਜਿਹੜਾ ਉਹ ਅਹਿਮਦ ਹੈ ਔਰ ਬੱਚੀ ਦਾ ਜਿਹੜਾ ਨਾਮ ਹੈ ਉਹ ਤੈਬਾ ਹੈ। ਬੱਚੀ ਦੀ ਜਿਹੜੀ ਏਜ ਹੈ ਉਹ 14 ਸਾਲ ਹੋ ਚੁੱਕੀ ਹੈ ਔਰ ਜਿਹੜਾ ਅਹਿਮਦ ਹੈ, ਅਹਿਮਦ ਦੀ ਜਿਹੜੀ ਏਜ ਹੈ ਉਹ 18 ਸਾਲ ਹੋ ਚੁੱਕੀ ਹੈ। ਲੇਕਿਨ ਅਹਿਮਦ ਦਾ ਗਾਲਬਨ ਕੱਦ ਜਿਹੜਾ ਹਾਲੇ ਤੱਕ 1.5 ਫੁੱਟ ਤੋਂ, ਮੇਰਾ ਅੰਦਾਜ਼ਾ ਹੈ, ਫੁੱਟ 1.5 ਫੁੱਟ ਤੋਂ ਜ਼ਿਆਦਾ ਨਹੀਂ ਮਤਲਬ ਹੋ ਸਕਿਆ। ਔਰ ਇਸ ਤਰ੍ਹਾਂ ਹੀ ਜਿਹੜੀ ਬੱਚੀ ਹੈ ਉਹਦਾ ਤਕਰੀਬਨ ਕੱਦ ਜਿਹੜਾ 2.25 ਫੁੱਟ ਹੋਏਗਾ। ਇਹ ਪੈਦਾਇਸ਼ੀ ਤੌਰ 'ਤੇ ਦੋਨੋਂ ਬੱਚੇ ਹੀ ਠੀਕ ਪੈਦਾ ਹੋਏ, ਲੇਕਿਨ ਕੁਛ ਅਰਸੇ ਬਾਅਦ ਇਸ ਤਰ੍ਹਾਂ ਦੀ ਬਿਮਾਰੀ ਕਿ ਜਿਹਦੀ ਡਾਕਟਰ ਵੀ ਹਾਲੇ ਤੱਕ ਜਾਂਚ ਨਹੀਂ ਕਰ ਸਕੇ, ਉਹਦੇ 'ਚ ਮੁਬਤਲਾ ਹੋ ਗਏ। ਅੱਲਾਹ ਰੱਬੁਲ ਇੱਜ਼ਤ ਕਾਇਨਾਤ 'ਤੇ ਸਭ ਨੂੰ ਆਪਣੀ ਹਿਫਜ਼ੋ ਇਮਾਨ 'ਚ ਰੱਖੇ, ਸਿਹਤ ਔਰ ਤੰਦਰੁਸਤੀ ਵਾਲੀ ਜ਼ਿੰਦਗੀ ਸਭ ਨੂੰ ਅਤਾ ਕਰੇ। ਤੰਦਰੁਸਤੀ ਜਿਹੜੀ ਹੈ ਉਹ ਹਜ਼ਾਰ ਨਿਮਤ ਹੈ, ਲੇਕਿਨ ਇਹਨਾਂ ਬੱਚਿਆਂ ਵਾਸਤੇ ਦੁੱਖ ਜਿਹੜੇ ਨੇ ਉਹ ਇੱਥੇ ਖਤਮ ਨਹੀਂ ਹੋਏ। ਇਹਨਾਂ ਦੇ ਜਿਸਮ ਦੀਆਂ ਜਿਹੜੀਆਂ ਹੱਡੀਆਂ ਸਨ ਉਹ ਲੇਟਣ ਦੀ ਵਜ੍ਹਾ ਤੋਂ ਟੁੱਟ ਜਾਂਦੀਆਂ ਸਨ ਔਰ ਇਹਨਾਂ ਦੇ ਸਾਰੇ ਜਿਸਮ ਦੀਆਂ ਹੱਡੀਆਂ ਜਿਹੜੀਆਂ ਨੇ ਮੁਖਤਲਿਫ ਤਰ੍ਹਾਂ ਜਿਹੜੀਆਂ ਨੇ ਉਹ ਟੁੱਟ ਕੇ ਫਿਰ ਡਿੰਗੀਆਂ ਸਿੱਧੀਆਂ ਉਹ ਜੁੜੀਆਂ ਹੋਈਆਂ ਨੇ।